ਔਰ ਕਿੱਦਾਂ ਸਾਰੇ ਠੀਕ ਠਾਕ ਹੋ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਅਲੀ ਵਲੋਗਰ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਅੱਡਾ ਕੋਲ ਦੀ ਸੂਰਤ ਮੱਲੀ ਗੇੜੀ ਲਾਉਣ ਵਾਸਤੇ ਬਾਰਿਸ਼ ਦਾ ਮੌਸਮ ਸੀ ਮੈਂ ਕਿਹਾ ਚਲੋ ਗੱਡੀ ਤੇ ਚੱਲਦੇ ਆਂ ਐਵੇਂ ਭੇਜ-ਪੁਜ ਜਾਵਾਂਗੇ ਫਿਰ ਭੇਜ ਕੇ ਬਿਮਾਰ ਹੋ ਜਾਵਾਂਗੇ ਭਰਾਵਾ ਤੂੰ ਹੋਲੀ ਚਲਾ ਲਾ ਘਰ ਵਾਪਸ ਵੀ ਜਾਣਾ ਆ ਮੈਂ ਤੂੰ ਤੇ ਦਾ ਭੁਜਾਰਿਆ ਜਿੱਦਾਂ ਗੁੱਸਾ ਹੀ ਬੜਾ ਹੁੰਦਾ ਆ 5 ਮਹੀਨੇ ਦਾ ਗੁੱਸਾ ਇੱਕੋ ਦਿਨ ਹੀ ਕੱਢਣਾ ਆ ਇੱਥੋਂ ਸਾਡੇ ਅੱਡੇ ਦੀ ਸ਼ੁਰੂਆਤ ਹੁੰਦੀ ਹੈ ਜੀ ਇਹ ਸਾਡੇ ਏਡੇ ਦਾ ਮਤਲਬ ਲਿੰਕ ਰੋਡ ਹੈ ਅੱਗੇ ਸਾਰਾ ਮੇਨ ਰੋਡ ਡੇਰਾ ਬਾਬਾ ਨਾਨਕ ਤੋਂ ਚੱਲਦਾ ਬਟਾਲੇ ਨੂੰ ਤੇ ਬਟਾਲੇ ਉੱਡੇਰਾ ਬਾਬਾ ਨਾਨਕ ਨੂੰ ਐਨੂੰ ਰੋਡ ਜਾਂਦਾ ਆ ਅ ਜਿੱਧਰੋਂ ਅਸੀਂ ਹੁਣ ਟਰਨ ਆਉਣ ਲੱਗੇ ਆ ਇੱਧਰ ਨੂੰ ਬਟਾਲਾ ਆ ਜੀ ਸਿੱਧਾ ਬਟਾਲਾ ਆ ਅੱਗੇ ਹੁਣ ਅਸੀਂ ਪਾਵਾਂਗੇ ਪਹਿਲਾਂ ਤੇਲ ਤੇ ਫਿਰ ਅੱਗੇ ਗੀੜੀ-ਗੂੜੀ ਲਾਵਾਂਗੇ ਲਓ ਜੀ ਆ ਗਏ ਪੈਟਰੋਲ ਪੰਪ ਤੇ ਹੁਣ ਪਹਿਲਾਂ ਅਸੀਂ ਪਾਵਾਂਗੇ ਤੇਲ ਆ ਤੇਲ ਪੈ ਰਿਆ ਆ ਕਿੰਨੇ ਦਾ ਪਾਇਆ ਆਪਾਂ ਲਾਸੀ ਆ 1500 ਦਾ 1500 ਦਾ ਤੇਲ ਪਾਇਆ ਅਸੀਂ ਸ਼ੀਤੀ ਸ਼ੀਤੀ ਪਾ ਦੇ ਮੁੰਡਿਆ ਫੇ ਗੇੜੀ ਲਾ ਕੇ ਆਈਏ ਯਾਰ ਲਓ ਜੀ ਅਸੀਂ ਨਿਕਲ ਚੁੱਕੇ ਆ ਪੈਟਰੋਲ ਪੰਪ ਤੋਂ ਹੁਣ ਅਸੀਂ ਲਾਵਾਂਗੇ ਸਾਰੇ ੱਡੇ ਦੀ ਗੇੜੀ ਗੇੜੀ ਲਗੰਦ ਲਗਾਂਦੇ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਵਾਈਟ ਕਲਰ ਦਾ ਪਰਨਾ ਹੀ ਨਹੀਂ ਕੋਈ ਚਲੋ ਫੇ ਗੇੜੀ ਦਾ ਫਾਇਦਾ ਚੁੱਕਦੇ ਆ ਅੱਜ ਵਾਈਟ ਕਲਰ ਦਾ ਪਰਨਾ ਲੈਣੇ ਆ ਆਪਾਂ ਚਲਦੇ ਆ ਗੁਰਮਕ ਕਲੌਥ ਹਾਊਸ ਉੱਥੋਂ ਲੈਣੇ ਇੱਕ ਵਾਈਟ ਕਲਰ ਦਾ ਪਰਨਾ ਤੇ ਫਿਰ ਅੱਗੇ ਚੱਲਾਂਗੇ ਲਓ ਜੀ ਆ ਗਏ ਆਪਾਂ ਗੁਰਮਕ ਕਲੌਥ ਹਾਊਸ ਦੇਖੋ ਜੀ ਆਇਆ ਗੁਰਮਖ ਕਲੌਥ ਹਾਊਸ ਸ਼ਾਪ ਇੱਥੇ ਬਹੁਤ ਵਧੀਆ ਸੂਟ ਪਰਨੇ ਸਭ ਕੁਝ ਲਾਓ ਜੀ ਅਬ ਇਹ ਸਾਨੂੰ ਕੱਟ ਕੇ ਦੇ ਰਿਹਾ ਹੈ ਪਰ ਨਾ ਬਸ ਆਪਾ ਪਰਨਾ ਲੈ ਕੇ ਹਮ ਚੱਲੇ ਜਾਣਾ ਇਥੋਂ ਵਾਈਟ ਕਲਰ ਦਾ ਅਗਰ ਤੁਹਾਨੂੰ ਪਰਨਾ ਪਸੰਦ ਆਇਆ ਹੋਏ ਲਾਈਕ ਸ਼ੇਅਰ ਕਮੈਂਟ ਦੇ ਵਿੱਚ ਜਰੂਰ ਦੱਸੋ ਚਲੋ ਜੀ ਕਰਦੇ ਆਂ ਅੱਜ ਦੇ ਵਲੌਗ ਦੀ ਇੱਥੇ ਸਮਾਪਤੀ ਮਿਲਦੇ ਆਂ ਅਗਲੇ ਵਲੌਗ ਵਿੱਚ ਥੈਂਕਸ ਫॉर ਵਾਚ ਅਗਰ ਵਲੌਗ ਪਸੰਦ ਆਇਆ ਹੋਏ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ